ਹੁਣ ਮੈਨੂੰ ਜਲੰਧਰ ਵਾਲਿਓ ਦੱਸੋ ਗੱਦਾਰ ਕੌਣ। ਮੂਸੇਵਾਲੇ ਦੇ ਗੀਤ ਦੀਆਂ ਇਹ ਲਾਈਨਾਂ ਜੋ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਨੇ ਆਪਣੇ ਸੋਸ਼ਲ ਮੀਡੀਆ 'ਤੇ ਪੋਸਟ ਕੀਤੀਆਂ ਨੇ, ਇਹਨਾਂ ਲਾਈਨਾਂ ਦੇ ਨਾਲ ਉਹਨਾਂ ਨੇ ਇੱਕ ਵੀਡੀਓ ਵੀ ਪਾਈ ਹੈ। ਦਰਅਸਲ ਇਹ ਵੀਡੀਓ ਜ਼ਿਮਨੀ ਚੋਣਾਂ ਦੇ ਦੌਰਾਨ ਦੀ ਹੈ, ਜਦ ਬਲਕੌਰ ਸਿੰਘ ਸੁਸ਼ੀਲ ਰਿੰਕੂ ਬਾਰੇ ਬੋਲਦੇ ਹੋਏ ਨਜ਼ਰ ਆਏ ਸੀ। ਉਹਨਾਂ ਦਾ ਕਹਿਣਾ ਸੀ ਕਿ ਕੱਲਾ ਪਾਰਟੀ ਦਾ ਲੋਗੋ ਚੇਂਜ ਹੁੰਦਾ ਹੈ, ਬੰਦੇ ਨਹੀਂ, ਤਾਂ ਕਰਕੇ ਇਸ ਤੋਂ ਚੰਗਾ ਨੋਟਾਂ ਨੂੰ ਵੋਟ ਪਾ ਦਿਓ। ਤਾਂ ਸਿੱਧੂ ਦੇ ਪਿਤਾ ਨੇ ਜਲੰਧਰ ਵਾਸੀਆਂ ਨੂੰ ਅਪੀਲ ਕੀਤੀ ਸੀ ਤੇ ਹੁਣ ਜਲੰਧਰ ਵਾਲਿਆਂ ਨੂੰ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਨੇ ਉਹ ਗੱਲ ਯਾਦ ਕਰਵਾਈ ਹੈ। ਪੰਜਾਬੀ ਸਿੰਗਰ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ, ਜਿਸ ਦੇ ਪਿਤਾ ਸੁਸ਼ੀਲ ਰਿੰਕੂ ਜੋ ਕਿ ਭਾਜਪਾ ਦੇ ਵਿੱਚ ਐਂਟਰੀ ਮਾਰ ਗਏ ਨੇ, ਜਿਸ ਨੂੰ ਲੈ ਕੇ ਉਹਨਾਂ ਨੇ ਹੁਣ ਧੰਜ ਕੱਸਿਆ ਹੈ। ਬਲਕੌਰ ਸਿੰਘ ਨੇ ਆਪਣੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸਾਂਝੀ ਕੀਤੀ ਹੈ। ਉਸ ਪੋਸਟ ਦੇ ਵਿੱਚ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਨੇ ਲਿਖਿਆ ਹੈ, ਹੁਣ ਮੈਨੂੰ ਜਲੰਧਰ ਵਾਲਿਓਂ ਗੱਦਾਰ ਦੱਸੋ ਕੌਣ। ਇਹ ਲਾਈਨਾਂ ਸਿੱਧੂ ਦੇ ਗਾਣੇ ਦੀਆਂ ਨੇ, ਜਿਹੜੀ ਕਿ ਬਲਕੌਰ ਸਿੰਘ ਨੇ ਆਪਣੇ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਅਤੇ 1 ਮਿੰਟ 15 ਸੈਕਿੰਡ ਦੀ ਵੀਡੀਓ ਵੀ ਪਾਈ ਹੈ। ਉਸ ਦੇ ਵਿੱਚ ਰਿੰਕੂ ਬਾਰੇ ਜ਼ਿਕਰ ਕਰਦੇ ਹੋਏ ਦਿਖਾਈ ਦੇ ਰਹੇ ਨੇ ਅਤੇ ਵੀਡੀਓ ਦੇ ਅੰਤ ਦੇ ਵਿੱਚ 2 ਐਸੀਆਂ ਵੀਡੀਓਜ਼ ਪਾਈਆਂ ਨੇ ਜਿਸ ਦੇ ਵਿੱਚ ਇੱਕ ਥਾਂ 'ਤੇ ਰਿੰਕੂ ਕਾਂਗਰਸ ਦੇ ਵਿੱਚੋਂ ਛੱਡ ਕੇ ਆਮ ਆਦਮੀ ਪਾਰਟੀ ਜੁਆਇਨ ਕਰ ਰਹੇ ਨੇ ਅਤੇ ਉਸੇ ਅਗਲੇ ਸਾਲ ਯਾਨੀ ਕਿ 1 ਸਾਲ ਦੇ ਅੰਦਰ ਅੰਦਰ ਅਤੇ ਸੁਸ਼ੀਲ ਰਿੰਕੂ ਆਮ ਆਦਮੀ ਪਾਰਟੀ ਛੱਡ ਕੇ ਬੀਜੇਪੀ ਦੇ ਵਿੱਚ ਚਲ ਜਾਂਦੇ ਨੇ। ਤਾਂ ਬੀਤੇ ਦਿਨ ਬੀਜੇਪੀ ਦੇ ਵਿੱਚ ਸੁਸ਼ੀਲ ਰਿੰਕੂ ਅਤੇ MLA ਸ਼ੀਤਲ ਅੰਗੁਰਾਲ ਸ਼ਾਮਲ ਹੋਏ ਨੇ, ਜਿਸ ਨੂੰ ਲੈ ਕੇ ਕਈਆਂ ਨੂੰ ਝਟਕੇ ਲੱਗੇ ਅਤੇ ਕਈਆਂ ਨੇ ਤੰਜ ਵੀ ਕੱਸੇ। ਤਾਂ ਬਲਕੌਰ ਸਿੰਘ ਦੇ ਵੱਲੋਂ ਇਹ ਤੰਜ ਕੱਸਿਆ ਗਿਆ ਅਤੇ ਜਲੰਧਰ ਵਾਲਿਆਂ ਨੂੰ ਸਵਾਲ ਪੁੱਛਿਆ ਗਿਆ ਹੈ। ਤਾਂ ਕਮੈਂਟ ਬਾਕਸ 'ਚ ਤੁਸੀਂ ਆਪਣੇ ਵਿਚਾਰ ਸਾਂਝੇ ਕਰੋ ਕਿ ਬਲਕੌਰ ਸਿੰਘ ਦੀ ਇਸ ਪੋਸਟ ਬਾਰੇ ਤੁਹਾਡਾ ਕੀ ਖਿਆਲ ਹੈ। ਵੀਡੀਓ ਦੇ ਵਿੱਚ ਸਿੱਧੂ ਦੇ ਪਿਤਾ ਇਹ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਕਿ ਸਿਆਸਤਦਾਨਾਂ ਨੇ ਮੇਰੀ 3 ਕਰੋੜ ਦੀ ਹਵੇਲੀ ਨੂੰ ਤਾਲਾ ਲਗਾ ਦਿੱਤਾ, ਇਸ ਕਰਕੇ ਉਹ ਸੜਕਾਂ 'ਤੇ ਨੇ ਅਤੇ ਜਲੰਧਰ ਵਾਲਿਓਂ ਇਹਨਾਂ ਨਾਲੋਂ ਚੰਗਾ ਨੋਟਾਂ ਨੂੰ ਵੋਟ ਪਾ ਦਿਓ। ਸਾਡਾ ਸ਼ੌਕ ਨਹੀਂ ਜਲੰਧਰ ਦੀਆਂ ਸੜਕਾਂ 'ਤੇ ਆਉਂਦਾ, ਅਸੀਂ ਉੱਧਰ ਕਿਉਂ ਆਏ ਹਾਂ? ਮੇਰੀ 3 ਕਰੋੜ ਦੀ ਕੋਟ ਮਹਿਲ ਨੂੰ ਜਿੰਦਾ ਲੱਗਿਆ ਮੈਂ ਤਾਂ ਇੱਥੇ ਆਇਆ, ਇਹਨਾਂ ਦੇ ਘਾਟ ਮੇਰੇ ਵਿਰਾਨ ਕਰਕੇ ਮੈਂ ਤਾਂ ਸੜਕਾਂ 'ਤੇ ਆਇਆ। ਅਸੀਂ ਬੇਸ਼ੱਕ ਕਿੰਨੇ ਕਮਜ਼ੋਰ ਹੋ ਜਾਈਏ, ਕਿੰਨੇ ਉੱਜੜ ਜਾਈਏ, ਲੜਾਂਗੇ। ਸਾਡੇ ਗੁਰੂਆਂ ਨੇ, ਸਾਡੇ ਪੁਰਖੇ ਨੇ ਸਾਨੂੰ ਲੜਨਾ ਸਿਖਾਇਆ, ਸਾਨੂੰ ਅਰਦਾਸ ਕਰਨੀ ਸਿਖਾਈ ਹੈ। ਤਾਂ ਭਾਜਪਾ ਦੇ ਅੰਦਰ 3 ਲਗਾਤਾਰ ਵੱਡੇ ਸਿਆਸਤਦਾਨ ਜਿਹੜੇ ਨੇ ਉਹ ਸ਼ਾਮਲ ਹੋਏ ਨੇ। 2 ਦਿਨ ਪਹਿਲਾਂ MP ਰਵਨੀਤ ਬਿੱਟੂ ਜੋ ਕਿ ਸਿਟਿੰਗ MP ਸਨ ਲੁਧਿਆਣਾ ਦੇ, ਉਹ ਸ਼ਾਮਲ ਹੋ ਜਾਂਦੇ ਨੇ। ਬੀਤੇ ਦਿਨ ਸੁਸ਼ੀਲ ਕੁਮਾਰ ਰਿੰਕੂ ਜੋ ਜਲੰਧਰ ਦੇ ਬਤੌਰ MP ਨੇ, ਅਤੇ MLA ਸ਼ੀਤਲ ਅੰਗੁਰਾਲ ਜੋ ਕਿ ਜਲੰਧਰ ਵੈਸਟ ਦੇ ਮੌਜੂਦਾ MLA ਨੇ, ਤਾਂ ਦੋਨੋਂ BJP ਦੇ ਵਿੱਚ ਸ਼ਾਮਲ ਹੋ ਜਾਂਦੇ ਨੇ। ਤਾਂ ਕੁੱਲ ਮਿਲਾ ਕੇ ਹੁਣ ਤੱਕ 3 ਸਿਆਸਤਦਾਨ 3 ਦਿਨਾਂ ਦੇ ਵਿੱਚ BJP 'ਚ ਸ਼ਾਮਲ ਹੋ ਗਏ ਨੇ, ਜਿਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵੱਲੋਂ ਜਿਹੜੇ ਵਰਕਰ ਨੇ ਉਹਨਾਂ ਦੇ ਵੱਲੋਂ ਪ੍ਰੋਟੈਸਟ ਵੀ ਕੀਤਾ ਗਿਆ। ਸੁਸ਼ੀਲ ਰਿੰਕੂ ਨੇ ਉਹਨਾਂ ਦੇ ਖਿਲਾਫ਼ ਮਾਮਲਾ ਵੀ ਦਰਜ ਕਰਵਾ ਦਿੱਤਾ ਹੈ, ਸ਼ਿਕਾਇਤ ਵੀ ਦੇ ਦਿੱਤੀ ਹੈ। ਪਰ ਸਿੱਧੂ ਦੇ ਪਿਤਾ ਬਲਕੌਰ ਸਿੰਘ ਦੀ ਇਹ ਪੋਸਟ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਕਿਉਂਕਿ ਉਹਨਾਂ ਨੇ ਜਲੰਧਰ ਵਾਲਿਆਂ ਨੂੰ ਅੱਜ ਤੋਂ 1 ਸਾਲ ਪਹਿਲਾਂ ਕੋਈ ਗੱਲ ਆਖੀ ਸੀ।
ਤੇ ਹੁਣ ਉਸ ਤੇ ਹੀ ਉਹ ਸਵਾਲ ਪੁੱਛ ਰਹੇ ਨੇ।